ਲੋਕਾਂ ਦਾ ਪਾਰਕ ਦੇ ਵਿੱਚ ਸੈਰ ਕਰਨਾ ਵੀ ਸੁਰੱਖਿਅਤ ਨਹੀਂ ਰਿਹਾ ਕਿਉਂਕਿ ਆਲੇ ਦੁਆਲੇ ਲੁਟੇਰੇ ਜਿਹੜੇ ਘੁੰਮਦੇ ਨੇ ਉਹ ਲੋਕਾਂ ਤੇ ਨਜ਼ਰ ਰੱਖਦੇ ਨੇ ਤੇ ਜਿਵੇਂ ਹੀ ਇਹਨਾਂ ਲੁਟੇਰਿਆਂ ਨੂੰ ਮੌਕਾ ਮਿਲਦਾ ਹੈ ਤੇ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ। ਹੁਣ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਪਟਿਆਲਾ ਤੋਂ ਜਿੱਥੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਪਤੀ ਪਤਨੀ ਇੱਕ ਪਾਰਕ ਦੇ ਵਿੱਚ ਸੈਰ ਕਰ ਰਹੇ ਹੁੰਦੇ ਨੇ ਤਾਂ ਇਹਨਾਂ ਲੁਟੇਰਿਆਂ ਵੱਲੋਂ ਮਹਿਲਾ ਦੀ ਗਲ ਚ ਪਾਈ ਸੋਨੇ ਦੀ ਚੇਨ ਝਪਟ ਲਈ ਜਾਂਦੀ ਹੈ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਅਤੇ ਲੁਟੇਰਿਆਂ ਦੇ ਭੱਜਦਿਆਂ ਦੀ ਵੀਡੀਓ ਵੀ ਸੜਕ ਤੇ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਜਾਂਦੀ ਹੈ। ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਤੇ ਇਹ ਦੋ ਲੁਟੇਰੇ ਜਿਨ੍ਹਾਂ ਨੇ ਹੈਲਮਟ ਪਾਇਆ ਹੁੰਦਾ ਹੈ ਉਹ ਫਰਾਰ ਹੁੰਦੇ ਨਜ਼ਰ ਆਉਂਦੇ ਨੇ। ਇਸ ਮੌਕੇ ਪੀੜਤ ਵਿਅਕਤੀ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਉਸਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਪਾਰਕ ਦੇ ਵਿੱਚ ਸੈਰ ਕਰ ਰਿਹਾ ਹੁੰਦਾ ਹੈ ਤਾਂ ਲੁਟੇਰੇ ਅਚਾਨਕ ਹੀ ਉਸਦੀ ਪਤਨੀ ਦੀ ਗਲ ਦੇ ਵਿੱਚ ਪਾਈ ਸੋਨੇ ਦੀ ਚੇਨ ਖੋ ਕੇ ਫਰਾਰ ਹੋ ਜਾਂਦੇ ਨੇ ਅਤੇ ਉਸਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟ ਦਿੰਦੇ ਨੇ। ਫਿਲਹਾਲ ਲੁਟੇਰਿਆਂ ਦੇ ਭੱਜਦਿਆਂ ਦੀ ਵੀਡੀਓ ਵੀ ਸੀਸੀਟੀਵੀ ਚ ਰਿਕਾਰਡ ਹੋਈ ਹੈ। ਫਿਲਹਾਲ ਹੁਣ ਪੀੜਤ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਮੰਗ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਤੇ ਉਵੇਂ ਰੂਟੀਨ ਦੇ ਵਿੱਚ ਅੱਜ ਮੈਂ ਔਰ ਮੇਰੀ ਵਾਈਫ ਸੈਰ ਤੇ ਅੱਜ ਗਏ ਸੀਗੇ ਕਾਰਪੋਰੇਸ਼ਨ ਰੋਡ ਤੋਂ। ਜਦ ਅਸੀਂ ਵਾਪਸ ਆਪਣੇ ਘਰ ਨੂੰ ਕੇਸਰ ਬਾਗ ਨੂੰ ਜਾ ਰਹੇ ਸੀਗੇ ਤਾਂ ਦੋ ਬੰਦੇ ਅਣਪਛਾਤੇ ਪਿੱਛੋਂ ਆਏ। ਉਹਨਾਂ ਨੇ ਹੈਲਮਟਾਂ ਪਾਈਆਂ ਹੋਈਆਂ ਸੀਗੀਆਂ। ਮੈਨੂੰ ਇਕਦਮ ਪਿੱਛੇ ਤੋਂ ਆ ਕੇ ਉਹਨਾਂ ਨੇ ਮੇਰੀ ਗਲੇ ਦੇ ਵਿੱਚੋਂ ਚੇਨ ਤੋੜੀ ਤੇ ਮੈਨੂੰ ਪਕੜਨ ਵਾਸਤੇ ਕੋਸ਼ਿਸ਼ ਵੀ ਕਰੀ, ਪਰ ਇੰਨੇ ਦੇ ਵਿੱਚ ਮੈਂ ਗਿਰ ਗਿਆ ਤੇ ਉਹ ਚੇਨ ਲੈ ਕੇ ਫਰਾਰ ਹੋ ਗਏ। ਹਾਲਾਤ ਸ਼ਹਿਰ ਦੇ ਇਹ ਦੇਖ ਲਓ ਜੀ, ਇੰਨੇ ਮਾੜੇ ਹਾਲਾਤ ਹੋਏ ਪਏ ਨੇ ਵੀ ਆਪਾਂ ਲੋਕ ਸ਼ਹਿਰ ਦੇ ਵਿੱਚ ਸੈਰ ਵੀ ਨਹੀਂ ਕਰ ਸਕਦੇ ਹੈਗੇ। ਸਵੇਰੇ 7 ਵਜੇ ਦੀ ਘਟਨਾ ਪਿਆ ਹੈ, ਅੱਜ ਸਵੇਰੇ 7 ਵਜੇ ਦੀ ਕਾਰਪੋਰੇਸ਼ਨ ਵਾਲੀ ਰੋਡ ਤੇ ਜਦ ਆਪਾਂ ਐਨਆਈਏ ਚੌਂਕ ਨੂੰ ਜਾਂਦੇ ਹਾਂ ਉੱਥੇ ਦੀ ਘਟਨਾ ਜੀ ਇਹ। ਹਾਂਜੀ, ਮੈਨੇ ਜੀ ਕਿਆ ਕਹਿੰਦੇ ਆ ਆਫਿਸਰ ਕਲੋਨੀ ਦੇ ਵਿੱਚ ਜਿਹੜਾ ਥਾਣਾ ਹੈ ਉੱਥੇ ਅਰਜ਼ੀ ਦਿੱਤੀ ਹੈ। ਮੈਂ ਤਾਂ ਜੀ ਕਹਿੰਦਾ ਦੇਖੋ ਜੀ, ਸਾਡੀ ਮੇਰੀ ਜਿਹੜੀ ਚੇਨ ਲੈ ਕੇ ਗਏ ਨੇ ਉਹ ਵਾਪਸ ਦਿੱਤੀ ਜਾਵੇ ਔਰ ਆਪਣਾ ਆਪਣੇ ਸ਼ਹਿਰ ਦੇ ਵਿੱਚ ਸਾਰਾ ਸੇਫਟੀ ਬਣਨੀ ਚਾਹੀਦੀ ਹੈ। ਹੁਣ ਲੋਕ ਅਗਰ ਸੈਰ ਤੇ ਵੀ ਸੇਫ ਨਹੀਂ ਹੈਗੇ ਤਾਂ ਕੋਈ ਬੰਦਾ ਕਿਵੇਂ ਕੁਛ ਕਰ ਸਕਦਾ ਜੀ, ਦੱਸੋ। ਬਿਲਕੁਲ, ਮੈਂ ਰੋਜ਼ ਉੱਥੇ ਜਾਂਦਾ ਜੀ, ਹਰ ਰੋਜ਼ ਆਪਣੀ ਸੈਰ ਦਾ ਉਹੀ ਏਰੀਆ ਹੈ ਤੇ ਉੱਥੇ ਹੀ ਜਾਂਦੇ ਹਾਂ ਆਪਾਂ।